ਇਹ ਸਮਝ ਤੋਂ ਮੇਰੇ ਬਾਹਰ ਦੀ ਗੱਲ ਹੈ ਜੀ, ਜਦੋਂ ਦੋਸ਼ ਦੂਜੇ ਤੇ ਲਾਉਂਦੇ ਨੇ, ਇੱਕ ਉਂਗਲ ਐਂ ਕਰਦੇ ਆ ਤਾਂ ਤਿੰਨ ਆਪ ਪਾਸੇ ਰੁਕਦੇ ਜਾਂ ਜੀ ਬਿਲਕੁਲ। ਪੰਜਾਬ ਦੇ ਵਿੱਚ ਤੁਸੀਂ ਜੋ ਕੁਝ ਕੀਤਾ, ਖਹਿਰੇ ਹੋਰਾਂ ਨੂੰ ਬਾਹਰ ਨਿਕਲਣ ਦੇ ਸਾਰ ਦੂਜੇ ਕੇਸ 'ਚ ਗ੍ਰਿਫਤਾਰ ਕਰ ਲਿਆ, ਤੇ ਉਦੋਂ ਕਹਿੰਦੇ ਕਿ ਉਹ ਤਾਂ ਕਾਨੂੰਨ ਕੰਮ ਕਰ ਰਿਹਾ ਜੀ, ਤੇ ਜੇ ਅਰਵਿੰਦ ਕੇਜਰੀਵਾਲ ਤੇ ਉਹੀ ਧਾਰਾ ਲਾਗੂ ਹੁੰਦੀ ਹੈ ਤਾਂ ਸਾਡੇ ਨਾਲ ਧੱਕਾ ਹੋ ਰਿਹਾ। ਭਾਈ ਸਾਹਿਬ, ਇਹ ਤਾਂ ਜਿਹੜੀ ਸ਼ੂਗਰ ਤੇ ਬੀਪੀ ਨਾ ਘਾਟਾ ਵਾਧਾ ਕਰਦੇ ਆ ਇਹ ਡਾਕਟਰ, ਕੰਪਨੀਆਂ ਦਵਾਈ ਵਾਲੀਆਂ ਜੀ, ਤੇ ਹੋਰ ਇਹ ਕਰਦੇ ਆ, ਹੋਰ ਨਹੀਂ ਕਰਦਾ। ਸ਼ੂਗਰ ਕੇਜਰੀਵਾਲ ਸਾਹਿਬ ਦੀ ਵੀ ਕਹਿੰਦੇ ਵਧਦੀ ਹੈ ਜੀ। ਫਿਰ ਜੇ ਨਵਾਂ ਅੰਕੜਾ ਦੇਖਿਆ ਜਾਵੇ, ਇਹ ਤਾਂ ਬਿਲਕੁਲ ਹੀ ਹੋਰ ਹੋ ਗਿਆ। ਚਲੋ, ਉਹਨਾਂ ਨੂੰ ਮਨੀ ਲਾਂਡਰਿੰਗ ਕੇਸ ਦੇ ਵਿੱਚ ਜ਼ਮਾਨਤ ਗਈ ਮਿਲ। ਚਲੋ ਸਾਹਿਬ, ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਮੇਂ ਸਮੇਂ 'ਤੇ ਸਾਹਮਣੇ ਆਉਂਦੀਆਂ ਨੇ, ਅਤੇ ਹੁਣ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਉੱਤੇ ਦੋਸ਼ ਲਗਾਏ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਮਾਰਨ ਦੀ ਸਾਜ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੀ। ਦੇਖੋ, ਇੱਕ ਗੱਲ ਹੁੰਦੀ ਹੈ ਸਿਆਸੀ ਪਾਰਟੀਆਂ ਦੇ ਵਿੱਚ ਜੀ, ਇਹ ਸਮਝ ਤੋਂ ਮੇਰੇ ਬਾਹਰ ਦੀ ਗੱਲ ਹੈ ਜੀ, ਜਦੋਂ ਦੋਸ਼ ਦੂਜੇ ਤੇ ਲਾਉਂਦੇ ਨੇ, ਇੱਕ ਉਂਗਲ ਐਂ ਕਰਦੇ ਆ ਤਾਂ ਤਿੰਨ ਆਪ ਪਾਸੇ ਨੂੰ ਹੁੰਦੀਆਂ ਨੇ ਜੀ। ਬਿਲਕੁਲ, ਪੰਜਾਬ ਦੇ ਵਿੱਚ ਤੁਸੀਂ ਜੋ ਕੁਝ ਕੀਤਾ, ਖਹਿਰੇ ਹੋਰਾਂ ਨੂੰ ਬਾਹਰ ਨਿਕਲਣ ਦੇ ਸਾਰ ਦੂਜੇ ਕੇਸ 'ਚ ਗ੍ਰਿਫਤਾਰ ਕਰ ਲਿਆ, ਤੇ ਉਦੋਂ ਕਹਿੰਦੇ ਕਿ ਉਹ ਤਾਂ ਕਾਨੂੰਨ ਕੰਮ ਕਰ ਰਿਹਾ ਜੀ, ਤੇ ਜੇ ਅਰਵਿੰਦ ਕੇਜਰੀਵਾਲ ਤੇ ਉਹੀ ਧਾਰਾ ਲਾਗੂ ਹੁੰਦੀ ਹੈ ਤਾਂ ਸਾਡੇ ਨਾਲ ਧੱਕਾ ਹੋ ਰਿਹਾ। ਬਿਲਕੁਲ, ਤੁਸੀਂ ਕਾਨੂੰਨੀ ਲੜਾਈ ਲੜ ਰਹੇ ਹੋ, ਤੁਹਾਡੇ ਬਹੁਤ ਸਾਰੇ ਆਗੂ, ਖਾਸ ਕਰ ਮਨੀਸ਼ ਸਿਸੋਦੀਆ ਜਾਂ ਸਤਿੰਦਰ ਜੈਨ, ਇਹਨਾਂ ਲੋਕਾਂ ਨੂੰ ਸਵਾ ਸਵਾ ਸਾਲ ਹੋ ਗਿਆ ਜੇਲ੍ਹ 'ਚ ਬੈਠਿਆਂ, ਅਦਾਲਤਾਂ ਜ਼ਮਾਨਤਾਂ ਕਿਉਂ ਨਹੀਂ ਦਿੰਦੀਆਂ ਜੀ? ਕੀ ਅਦਾਲਤਾਂ ਦੇ ਵਿੱਚ ਵੀ ਹੁਣ ਰਾਜਨੀਤੀਕਰਨ ਹੋ ਗਿਆ, ਸਿਸਟਮ ਦੇ ਵਿੱਚ ਭਾਰੂ ਪੈ ਗਿਆ ਜੀ? ਕੇਜਰੀਵਾਲ ਸਾਹਿਬ ਦਾ ਤਕਰੀਬਨ 8.5 ਕਿਲੋ ਭਾਰ ਘਟ ਗਿਆ। ਜੇਲ੍ਹ ਦੇ ਅਧਿਕਾਰੀਆਂ ਦਾ ਕਹਿਣਾ ਕਿ ਉਹਨਾਂ ਨੇ ਆਪਣਾ ਖਾਣਾ ਘਟਾ ਲਿਆ ਜੀ। ਜਦੋਂ ਬੰਦਾ ਸਰੀਰਕ ਐਕਸਰਸਾਈਜ਼ ਨਾ ਕਰੇ ਤਾਂ ਕੁਦਰਤੀ ਹੈ ਕਿ ਤੁਹਾਡਾ ਸਿਹਤ 'ਤੇ ਅਸਰ ਪੈਂਦਾ ਹੈ। ਉਹਨਾਂ ਦੀ ਇੰਸੂਲੀਨ ਉੱਥੇ ਪਹੁੰਚ ਗਈ, ਇੰਸੂਲੀਨ ਉਹਨਾਂ ਦੇ ਲੱਗ ਰਹੀ ਹੈ ਕਿਉਂਕਿ ਸ਼ੂਗਰ ਦੇ ਮਰੀਜ਼ ਨੇ ਜੀ। ਮੈਂ ਤਾਜ਼ਾ ਘਟਨਾਕ੍ਰਮ ਦੇ ਵਿੱਚ, ਕੁਝ ਡਾਕਟਰ ਦੋਸਤ ਸਾਡੇ ਨਾਲ ਗੱਲਾਂ ਕਰਦੇ ਸੀ ਕੁਛ ਦਿਨ ਪਹਿਲਾਂ, ਉਹਨਾਂ ਨੇ ਦੱਸਿਆ ਕਿ ਭਾਈ ਸਾਹਿਬ, ਇਹ ਤਾਂ ਜਿਹੜੀ ਸ਼ੂਗਰ ਅਤੇ ਬੀਪੀ ਨਾ ਘਾਟਾ ਵਾਧਾ ਕਰਦੇ ਆ ਇਹ ਡਾਕਟਰ, ਕੰਪਨੀਆਂ ਦਵਾਈ ਵਾਲੀਆਂ ਜੀ, ਅਤੇ ਹੋਰ ਇਹ ਕਰਦੇ ਆ, ਹੋਰ ਨਹੀਂ ਕੋਈ ਕਰਦਾ। ਇਹ ਗੱਲ ਉਹਨਾਂ ਨੇ ਕਹੀ ਅਤੇ ਤਾਜ਼ਾ ਅੰਕੜਾ ਦੱਸਿਆ ਉਹਨਾਂ ਨੇ, ਕਹਿੰਦੇ 200 ਤੱਕ ਕੋਈ ਸ਼ੂਗਰ ਨਹੀਂ, ਜਿਹੜੀ ਵਰਲਡ ਪੱਧਰ ਦੇ ਉੱਤੇ ਹੁਣ ਤੱਕ ਰਿਪੋਰਟ ਸਾਹਮਣੇ ਆਈ ਹੈ। ਹੋ ਸਕਦਾ ਇਹ WHO ਨੇ ਜਾਰੀ ਕੀਤੀ ਹੋਵੇ ਜੀ, ਬੜੇ ਕੁਆਲੀਫਾਈਡ ਡਾਕਟਰ ਨੇ ਉਹ, ਔਰਥੋ ਦੇ ਹੈੱਡ ਨੇ। ਸੋ ਸ਼ੂਗਰ ਕੇਜਰੀਵਾਲ ਸਾਹਿਬ ਦੀ ਵੀ ਕਹਿੰਦੇ ਵੱਧਦੀ ਹੈ ਜੀ। ਫਿਰ ਜੇ ਨਵਾਂ ਅੰਕੜਾ ਦੇਖਿਆ ਜਾਵੇ, ਇਹ ਤਾਂ ਬਿਲਕੁਲ ਹੀ ਹੋਰ ਹੋ ਗਿਆ। ਚਲੋ।
ਉਹਨਾਂ ਨੂੰ ਮਨੀ ਲੌਂਡਰਿੰਗ ਕੇਸ ਦੇ ਵਿੱਚ ਜਵਾਨਤ ਗਈ ਬਿਲ ਜੀ। ਇਹਨਾਂ ਨੇ ਇੱਕ ਕੇਸ CBI ਦਾ, ਉਹਦੇ ਵਿੱਚ ਬਰਾਬਰ ਗ੍ਰਿਫਤਾਰੀ ਪਾ ਲਈ ਕਿ ਅਰਵਿੰਦ ਕੇਜਰੀਵਾਲ ਨੂੰ ਅਜੇ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਜੀ। ਜਿਵੇਂ ਉਹਨਾਂ ਦਾ ਭਾਰ ਘੱਟ ਲਿਆ, ਉਹ ਕਹਿੰਦੇ ਇਹ ਸਿਹਤ ਲਈ ਮਾੜਾ ਹੈ। ਇਹ ਉਹਨਾਂ ਦੀ ਮੰਤਰੀ ਹੈ ਬੀਬੀ ਆਤਸ਼ੀ ਜੀ, ਕਾਫੀ ਸਰਗਰਮ ਨੇ, ਉਹਨਾਂ ਨੇ ਇਹੋ ਗੱਲ ਕਹੀ ਹੈ ਕਿ ਉਹਨਾਂ ਨੂੰ ਜੇਲ੍ਹ ਵਿੱਚ ਜੀ ਇਹ ਮਾਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਪਰ ਜੇਲ੍ਹ ਅਧਿਕਾਰੀਆਂ ਨੇ ਕਿਹਾ ਉਹ ਤੰਦਰੁਸਤ ਨੇ ਜੀ, ਜੇ ਭਾਰ ਉਹਨਾਂ ਦਾ ਘਟਿਆ ਤਾਂ ਘੱਤ ਖਾਣ ਕਰਕੇ ਹੈ। ਹਾਲਾਂਕਿ ਕੇਜਰੀਵਾਲ ਸਾਹਿਬ ਨੂੰ ਇਸ ਗੱਲ ਦੀ ਆਗਿਆ ਹੈ ਕਿ ਉਹ ਘਰ ਦਾ ਖਾਣਾ ਹੀ ਖਾਂਦੇ ਹੈ ਜੀ, ਬਾਹਰਲਾ ਖਾਣਾ ਨਹੀਂ ਜਾਂਦਾ। ਸੋ ਇਹਨਾਂ ਦੇ ਦੋਸ਼ ਲਾਤਾ, ਮੇਰੇ ਖਿਆਲ ਅੱਜ ਸੁਣਵਾਈ ਵੀ ਹੈ ਜਿਹੜੀ ਜਵਾਨਤ ਦੇ ਉੱਤੇ CBI ਵਾਲਾ ਮਾਮਲਾ ਹੈ ਜੀ, ਉਹਦੇ ਵਿੱਚ ਮਾਣਯੋਗ ਅਦਾਲਤ ਕੀ ਫੈਸਲਾ ਦਿੰਦੀ ਹੈ ਇਹ ਵੀ ਵਿਚਾਰਨ ਯੋਗ ਹੈ ਜੀ। ਢਿੱਲੋਂ ਸਾਹਿਬ, ਕਾਂਗਰਸ ਦੇ ਪ੍ਰਧਾਨ ਮਲਕਾਰਜੁਨ ਖੜਗੇ ਨੇ ਕੌਮੀ ਭਰਤੀ ਏਜੰਸੀ ਦੇ ਉੱਤੇ ਸਵਾਲ ਚੁੱਕੇ ਨੇ ਅਤੇ ਉਹਨਾਂ ਕਿਹਾ ਕਿ 4 ਸਾਲਾਂ ਦੇ ਵਿੱਚ ਇੱਕ ਵੀ ਪ੍ਰੀਖਿਆ ਜਿਹੜੀ ਹੈ ਉਹ ਕੌਮੀ ਭਰਤੀ ਏਜੰਸੀ ਦੇ ਵੱਲੋਂ ਉਹ ਕਿਉਂ ਨਹੀਂ ਕਰਵਾਈ ਗਈ ਜੀ। ਬਿਲਕੁਲ, ਤੁਸੀਂ ਕਹਿੰਦੇ ਹੋ NRA ਨੈਸ਼ਨਲ ਰਿਕਰੂਟਮੈਂਟ ਏਜੰਸੀ ਜੀ, ਜਦੋਂ ਇਹ ਬਣਾਈ ਗਈ ਸੀ ਕਹਿੰਦੇ ਇਹਦਾ ਬਜਟ 1517 ਕਰੋੜ ਤੋਂ ਵੀ ਵੱਧ ਰੱਖਿਆ ਜੀ। 4 ਸਾਲਾਂ ਦੇ ਵਿੱਚ ਤੁਸੀਂ ਖਰਚ ਕਿੰਨਾ ਕੀਤਾ? ਸਿਰਫ ਤੇ ਸਿਰਫ 58 ਕਰੋੜ ਜੀ। 4 ਸਾਲਾਂ ਦੇ ਵਿੱਚ 20 ਤੋਂ ਲੈ ਕੇ 24 ਤੱਕ, ਅਗਸਤ 20 ਤੋਂ 1 ਮਹੀਨੇ ਘੱਟ ਰਹਿ ਗਿਆ ਜੀ। ਅਤੇ ਮੋਦੀ ਸਾਹਿਬ ਨੇ ਮੁੰਬਈ ਦੇ ਵਿੱਚ ਕਹਿਤਾ ਅਸੀਂ 8 ਕਰੋੜ ਜਿਹੜੀਆਂ ਨੌਕਰੀਆਂ ਨੇ ਉਹ ਨੌਜਵਾਨਾਂ ਨੂੰ ਦੇਤੀਆਂ ਜੀ। ਅਤੇ ਫਿਰ ਜੇ ਮੋਦੀ ਸਾਹਿਬ ਨੇ 8 ਕਰੋੜ ਦਿੱਤੀਆਂ, 14 ਦੇ ਵਿੱਚ ਗਲਤ ਇਹ ਕੀਤੀ ਸੀ ਵੀ 2 ਕਰੋੜ ਹਰ ਸਾਲ, ਇਹ ਤਾਂ 4 ਸਾਲਾਂ ਦਾ ਹੀ ਅੰਕੜਾ ਹੋਇਆ ਜੀ। ਤੁਹਾਡਾ ਬੰਨਾ ਸੀ 20 ਕਰੋੜ ਤੁਸੀਂ ਦਿੱਤੀਆਂ ਨੇ, 8 ਕਰੋੜ ਤੁਸੀਂ ਤਾਂ 50% ਵੀ ਨਹੀਂ ਦਿੱਤੀਆਂ। ਇਹ ਚੀਜ਼ ਨੂੰ ਲੈ ਕੇ ਉਹ ਕਹਿੰਦੇ ਤੁਸੀਂ ਜਿਹੜੀ ਨੈਸ਼ਨਲ ਰਿਕਰੂਟਮੈਂਟ ਏਜੰਸੀ ਬਣਾਈ ਹੈ ਉਹਦਾ ਮਜ਼ਾਕ ਕੀ ਬਣਾਇਆ? ਅਤੇ ਸਿੱਖਿਆ ਪ੍ਰਣਾਲੀ ਕਹਿੰਦੇ ਭਾਰਤੀ ਜਨਤਾ ਪਾਰਟੀ ਅਤੇ RSS ਨੇ ਰਲ ਕੇ ਭਾਰਤ ਦੀ ਸਿੱਖਿਆ ਪ੍ਰਣਾਲੀ ਰਗੜ ਕੇ ਰੱਖਤੀ ਜੀ। ਸੋ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ NTA ਜਿਹੜੀ ਕੌਮੀ ਟੈਸਟਿੰਗ ਏਜੰਸੀ ਹੈ ਸਿਰਫ ਉਹਨੂੰ ਅਪਣਾਉਂਦੇ ਹੋ, ਪਰ ਇਹ ਜਿਹੜਾ ਸਾਰਾ ਮਾਮਲਾ ਹੈ, ਫਿਰ NRA ਤੁਸੀਂ ਬਣਾਈ ਕਾਹਦੇ ਵਾਸਤੇ ਸੀ ਜੀ? ਇਹ ਜਿਹੜੇ ਵੱਡੇ ਵੱਡੇ ਸਕੈਂਡਲ ਤੁਸੀਂ ਕੀਤੇ ਹੈ ਕਥਿਤ ਰੂਪ ਦੇ ਵਿੱਚ, ਇਹ ਬਹੁਤ ਮੰਦਭਾਗੇ ਨੇ ਜੀ, ਮਾੜੇ ਨੇ। ਸੋ ਇਹਦੀ ਵੀ ਕੋਈ ਵਿਸ਼ੇਸ਼ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ। ਅਤੇ ਉਹਨਾਂ ਨੇ ਕਹਿਤਾ ਕਿ ਜਿਹੜਾ ਮੁੰਬਈ ਦੇ ਵਿੱਚ ਮੋਦੀ ਸਾਹਿਬ ਨੇ ਬਿਆਨ ਛੱਡਿਆ ਹੈ ਉਹ ਨਿਰਾ ਝੂਠ ਦਾ ਪਲੰਦਾ ਹੈ ਜੀ। ਇਹ ਆਪਦੇ ਅੰਕੜੇ 'ਤੇ ਹੀ ਆ ਜਾਣ। 14 'ਚ ਇਹਨਾਂ ਨੇ ਕਿਹਾ ਸੀ 2 ਕਰੋੜ ਨੌਕਰੀ ਬੱਚਿਆਂ ਨੂੰ ਹਰ ਸਾਲ ਜੀ, ਪਰ ਉਹ 2 ਕਰੋੜ ਦੀ ਥਾਂ 'ਤੇ ਮਿਲੀ ਕਿ ਨਹੀਂ ਹੈ।
ਇਹਨਾਂ ਦੇ ਮੁਤਾਬਕ 8 ਕਰੋੜ ਜੀ 12 ਕਰੋੜ ਕਦੋਂ ਭਰਤੀ ਕਰੋਗੇ ਇਹ ਸਵਾਲਾਂ ਦੇ ਘੇਰੇ ਚ ਜੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਫ਼ਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ।